ਅਸਲਾਮ ਵਾਲੇਕੁਮ ਗਾਈਜ਼, ਕੀ ਹਾਲ ਚਾਲ ਹੈ? ਠੀਕ ਠਾਕ ਹੋ ਜਨਾਬ? ਜਿਸ ਤਰ੍ਹਾਂ ਕਿ ਤੁਹਾਨੂੰ ਪਤਾ, ਕੈਦੀ ਛੁੱਟ ਛੁੱਟ ਕੇ ਆ ਰਹੇ ਨੇ, ਕੈਦੀ ਅਤੇ ਕੈਦੀ, ਕੈਦੀ ਅਤੇ ਕੈਦੀ ਆ ਰਿਹਾ। ਜੇ ਸ਼ੇਖ ਅਮਰੀਕਾ ਵਾਲਾ ਕੈਦੀ ਵੀ ਆ ਗਿਆ ਵੇ, ਇਹ ਉਹ ਸ਼ੇਖ ਨਹੀਂ ਹੈ ਜਿਹੜਾ ਦਿਹਾਨੀਆਂ ਚੁਆਨੀਆਂ ਵਾਲਾ ਵੇ, ਇਹ ਡਾਲਾਂ ਵਾਲਾ ਸ਼ੇਖ ਬਾਬਾ। ਵਿਆਹ ਦੇ ਉੱਤੇ ਚੱਸਾਂ ਆਉਣ ਵਾਲੀਆਂ ਨੇ, ਹਰ ਯਾਰ ਅਤੇ ਯਾਰ, ਯਾਰ ਅਤੇ ਯਾਰ, ਉੱਤੇ ਥੱਲੇ ਜਿਹੜਾ ਯਾਰ, ਤੁਹਾਨੂੰ ਪਤਾ ਜਿਸ ਤਰ੍ਹਾਂ ਸਾਡਾ ਉੱਤੇ ਵਾਲਾ ਰਾਣਾ ਯਾਰ ਵੀ ਆ ਗਿਆ ਵੇ। ਹਰ ਬੰਦਾ ਜਨਾਬ, ਇਨਸ਼ਾਅੱਲਾ ਪੂਰੇ ਪ੍ਰੋਟੋਕੋਲ ਹੋਣ ਦੇ, ਪੂਰੇ ਮਾਮਲਾ ਤੋਂ ਹੋਣ ਦੇ। ਅੱਜ ਹੋਰ ਵੀ ਕੈਦੀ ਆ ਰਹੇ ਨੇ, ਦੱਸੋ ਜ਼ਰਾ ਕੈਦੀ ਕਿਹੜੇ ਕਿਹੜੇ ਆ ਰਹੇ ਨੇ, ਕਮੈਂਟ 'ਚ ਦੱਸੋ। ਅੱਜ ਜਨਾਬ ਪ੍ਰੋਟੋਕੋਲ ਹੋਏਗਾ ਏਅਰਪੋਰਟ ਦੇ ਪੂਰੇ ਭਾਰ ਦੇ ਨਾਲ, ਏਅਰਪੋਰਟ ਸਿਆਲਕੋਟ ਵਾਲੀ ਹੋਏਗੀ, ਲਾਹੌਰ ਵਾਲੀ ਨਹੀਂ ਹੋਏਗੀ, ਇਹ ਵੀ ਤੁਹਾਨੂੰ ਦੱਸ ਦਿੰਦੇ। ਚੱਸ ਹੋਏਗੀ, ਪੂਰੀ ਮੁਹੱਬਤ ਹੋਏਗੀ, ਪਿਆਰ ਹੋਏਗਾ। ਕਦੀ ਉਹ ਕੈਦੀ ਆਈਏ ਨਾ ਜਿਹੜਾ ਸਾਡਾ ਇੱਥੇ ਵੱਸ ਅਤੇ ਸ਼ਹਿਰ ਸਜਾ ਦੇ, ਉਹ ਕੈਦੀ ਕਿਹੜਾ ਤੁਸੀਂ ਕਮੈਂਟ 'ਚ ਦੱਸਣਾ। ਜਿਹੜੀ ਮੇਰੀ ਮੁਹੱਬਤ ਹੈ, ਜਿਹੜਾ ਮੇਰਾ ਪਿਆਰ ਹੈ, ਜਿਹੜਾ ਮੇਰਾ ਲਵ ਹੈ, ਜਿਹੜਾ ਹਰ ਕਿਸੇ ਦਾ ਲਵ ਹੈ, ਮੇਰਾ ਨਹੀਂ, ਖਾਸ ਮੇਰਾ ਨਹੀਂ, ਪੂਰੀ ਦੁਨੀਆ ਦਾ, ਪੂਰੀ ਉਮਤ ਮੁਸਲਮਾਨ ਦਾ। ਆਈਏ ਵੀ ਨਾ ਸਮਝੋ ਤਾਂ ਫਿਰ ਤੁਸੀਂ ਮਲੰਗ ਕਾਹਦੇ ਹੋਏ, ਤੁਸੀਂ ਦਰਵੇਸ਼ ਕਾਹਦੇ ਹੋਏ ਜਿਹੜੇ ਪੀਰ ਨੂੰ ਨਾ ਮੰਨੋ। ਲਵ ਯੂ। ਮੈਨੂੰ ਕਮੈਂਟ 'ਚ ਦੱਸਣਾ ਹਰ ਇੱਕ ਯਾਰ ਨੇ ਕਿ ਮੈਂ ਕਿਹੜੇ ਕੈਦੀ ਦੀ ਗੱਲ ਕਰਨਾ, ਜਿਸ ਕੈਦੀ ਵਾਸਤੇ ਮੇਰੇ ਇਸ ਟਾਈਮ ਮਜ਼ਾਕ ਵੀ ਨਹੀਂ ਆ ਰਿਹਾ, ਲਵ ਆ ਰਿਹਾ, ਪਿਆਰ ਆ ਰਿਹਾ। ਹੱਸਦੇ ਵੱਸਦੇ ਰਹੋ, ਇਨਸ਼ਾਅੱਲਾ ਆਏਗਾ। ਹੈਲੋ ਭਾਅ ਜੀ, ਪ੍ਰੋਟੋਕੋਲ ਵੇਖੋ, ਆਇਆ ਜਨਾਬ ਪ੍ਰੋਟੋਕੋਲ ਆਪਣਾ ਖੜਿਆ, ਤੇ ਇੱਥੇ ਮੁਜਰਮ ਬਹੁਤ ਜ਼ਿਆਦਾ ਆ ਗਏ ਨੇ। ਕੀ ਦੱਸ ਕੇ ਆਏ ਹੋ ਏਅਰਪੋਰਟ ਦੇ ਵਿੱਚ? ਤੁਹਾਡਾ ਕਾਹਦਾ ਸਮਾਨ ਆ ਗਿਆ? ਕਦੀ ਪਿੰਡੂ ਗੁਆਰ ਗਏ ਹੋ? ਹੈ, ਤੁਹਾਨੂੰ ਏਅਰਲਾਈਨ ਦਾ ਨਾਂ ਨਹੀਂ ਆਉਂਦਾ ਜੀ, ਜਿਹੜੀ ਏਅਰਲਾਈਨ ਤੇ ਆਇਆ ਮੈਂ ਸਾਰੀ ਰਿਪੋਰਟ ਕਰਾਉਣ ਲੱਗਾ, ਇੱਥੇ ਵੀ ਨਹੀਂ ਬਾਜ਼ ਆ ਰਹੇ ਮੁਜਰਮ। ਵੇਖੋ ਸਹੀ, ਬਾਕੀ ਇਹ ਵੇਖੋ ਜਨਾਬ, ਉਹਨਾਂ ਮੁਕਤਾ ਉਹਨੇ ਵਿੱਚ ਫਲੈਟ ਲਾਈ ਕਿ ਉਹਨੇ ਕਹੀਏ ਤੱਕ ਲੈਣ ਨਹੀਂ ਹੋਈ, ਸ਼ਾਹ ਸਾਹਿਬ ਦੀ ਫਲੈਟ ਸਾਹਿਬ ਲਾ ਲਓ ਮੁਹੱਬਤ, ਇਸ ਕੋ ਬਹਿਤੇ ਪਿਆਰ। ਤੁਸੀਂ ਸਾਨੂੰ ਪਿਆਰ ਨਹੀਂ ਨਾ ਕਰਦੇ, ਕਰਦੀਆਂ ਉਹ ਕਰਦੇ ਉਹ ਘੁੱਟ ਘਟਾ ਕੇ, ਇਹ ਵੀ ਨਾਲ ਕਰੀਦਾ, ਇੰਜ ਨੀ ਪਿਆਰ ਹੁੰਦਾ। ਜਹਾਜ਼ ਤੇ ਆਪਣਾ ਵੀ ਹੈ, ਲੇਕਿਨ ਤੁਸੀਂ ਸਾਰੇ ਸ਼ੁਰਦੇ ਪਿਆਰ ਭਰਾ ਨੇ, ਇਹਨਾਂ ਦਾ ਮੁਹੱਬਤ ਤੇ ਪਿਆਰ ਹੈ। ਜਨਾਬ ਪ੍ਰੋਟੋਕੋਲ ਵੇਖੋ, ਮੈਂ ਯਾਰ ਸੱਜਣ ਪੂਰੀ ਜਾਨ ਜਾਈਏ, ਆ ਵੇਖੋ ਮੈਨੂੰ ਵੀ ਲਿਆਓ ਦਾਦ ਭਾਈ। ਹੈਲੋ, ਤੁਹਾਨੂੰ ਕਿੱਥੇ ਲਿਆਵਾਂ? ਜੀਓ ਤਾਂ ਨਹੀਂ ਲਿਆਵਾਂ, ਤੁਹਾਡੇ ਤੋਂ ਪਰਚਾ ਕਰਾਵਾਂ ਇੱਕ। ਲਵ ਯੂ। ਕਿਉਂਕਿ ਡੈਸ਼ਿੰਗ ਬੁਆਇਜ਼ ਕਿਉਂ ਜਾਗ ਰਹੇ ਨੇ? ਐਕਚੁਲੀ ਹਮ ਸ਼ੌਕ ਸੇ ਨਹੀਂ ਜਾਗ ਰਹੇ, ਹਮਾਰਾ ਮਜਬੂਰੀ ਹੈ। ਹਮਾਰਾ ਜੋ ਬਾਈ ਹੈ ਨਾ ਅਮੈਰੀਕਾ ਵਾਲਾ ਸ਼ੇਖ, ਵੋ ਆ ਰਿਹਾ ਅਤੇ ਜਨਾਬ ਅਸੀਂ ਹੁਣ ਚੱਲੇ ਹਾਂ ਏਅਰਪੋਰਟ ਆਪਣੇ ਭਰਾ ਨੂੰ ਲੈਣ। ਬੜੀ ਖੁਸ਼ੀ ਹੋ ਰਹੀ ਹੈ, ਇੰਨੀ ਦੇਰ ਬਾਅਦ ਅਸੀਂ ਜੱਫੀ ਪਾਵਾਂਗੇ, ਮਿਲਾਂਗੇ। ਅਤੇ ਤੁਹਾਨੂੰ ਦੱਸਿਆ ਸੀ ਕਿ ਹੁਣ ਏਅਰਪੋਰਟ ਦੇ ਜਿਹੜਾ ਨਾ ਡੇਲੀ ਚੱਕਰ ਲੱਗਣਗੇ, ਕਿਉਂਕਿ ਸਟੈਪ ਬਾਈ ਸਟੈਪ ਸਾਰੇ ਵੀਰ ਭਰਾ ਆ ਰਹੇ ਨੇ ਸ਼ਾਦੀ ਦੀਆਂ ਤਿਆਰੀਆਂ। ਹਾਂਜੀ, ਓਵਰਸੀਜ਼ ਪਾਕਿਸਤਾਨੀ ਅਤੇ ਸ਼ੁਕਰ ਹੈ ਅਰਬੀ ਆਉਣੇ ਸਨ, 20-22 ਅਰਬੀ ਸਨ ਜਿਹੜੇ ਕੈਂਸਲ ਹੋ ਗਏ ਨੇ। ਚਲੋ ਕੋਈ ਨਹੀਂ, ਸਾਡੇ ਪਾਕਿਸਤਾਨ ਦੀਆਂ ਪੋਲਿਸੀਆਂ ਜਿਹੜਾ ਥੋੜ੍ਹੀਆਂ ਹਾਰਡ ਹੋ ਜਾਂਦੀਆਂ ਨੇ, ਨੋ ਪ੍ਰੋਬਲਮ। ਅਤੇ ਲਿਹਾਜ਼ਾ ਜਿਹੜਾ ਨਾ ਵਲੋਗ ਸ਼ਲੋਗ ਵੀ ਡੇਲੀ ਆ ਰਹੇ ਨੇ, ਅਤੇ ਧਿਆਨ ਨਾਲ ਵੇਖੋ ਅਤੇ ਇੰਜੋਏ ਕਰੋ, ਫੇਸਬੁੱਕ ਪੇਜ ਦੇ ਉੱਤੇ ਵੀ ਆ ਰਹੇ ਨੇ, ਉਸ ਤੋਂ ਬਾਅਦ ਫੁੱਲ ਹੀ ਲਵ ਸੀਨ ਹੈ। ਅਤੇ ਇਨਸ਼ਾਅੱਲਾ ਜਿਹੜਾ ਨਾ ਤੁਹਾਡੇ ਕੋਲ ਅੱਛੀ ਅੱਛੀ ਵੀਡੀਓਜ਼ ਆਉਣਗੀਆਂ, ਅਤੇ ਤੁਸੀਂ ਇੰਜੋਏ ਕਰੋਗੇ। ਹੁਣ ਅਸੀਂ ਨਿਕਲਦੇ ਹਾਂ ਅਤੇ ਜਾ ਕੇ ਆਪਣੇ ਅਮਰੀਕਾ ਵਾਲੇ ਸ਼ੇਖ ਨੂੰ ਰਿਸੀਵ ਕਰ ਰਹੇ ਹਾਂ। ਹਾਂਜੀ, ਲਵ ਯੂ। ਚੱਲ ਪਿੱਛੇ ਮੁਜਰਮ ਵੇਖਦੇ ਪਿਓ ਜਨਾਬ, ਹੈ ਰਹੀ ਯਾਰ ਹਾਂ ਤੋਂ ਅੱਗੇ ਕਿਹੜੇ ਪਿੰਡ ਤੋਂ ਆਏ ਭਲਾ? ਸਾਦਕਾਬਾਦ ਤੋਂ ਆਏ ਨੇ ਸਾਡੇ ਵੀਰ ਨੇ, ਪਿਆ ਭਰਾ ਨੇ ਸਾਰੇ ਜਿਤਨੇ ਚਾਹਣ ਵਾਲੇ ਨੇ। ਮੈਨੂੰ ਪਤਾ ਬਹੁਤ ਜ਼ਿਆਦਾ ਮੁਹੱਬਤ ਕਰਦੇ ਹੋ, ਲੇਕਿਨ ਅਸਾਂ ਸਪੈਸ਼ਲ ਵੀਡੀਓ ਪਾਈ ਹੋਈ ਹੈ ਕਿ ਯਾਰ ਵਿਆਹ ਦੇ ਦਿਨ ਥੋੜ੍ਹਾ ਜਿਹਾ ਪਰਹੇਜ਼ ਕਰਨਾ। ਵਿਆਹ ਦੇ ਵਿੱਚ ਅਸਲ ਤਾਂ ਬੰਦਾ ਮਸਰੂਫ ਹੁੰਦਾ ਹੈ, ਮਹਿਮਾਨ ਆਉਂਦੇ ਜਾਂਦੇ ਨੇ ਯੇ ਵੋ, ਅਤੇ ਫਿਰ ਮੁਨਾਸਬ ਨਹੀਂ ਲੱਗਦਾ। ਇਹ ਗਲਤੀ ਨਾ ਵੀ ਆਏ ਨੇ, ਲੇਕਿਨ ਵੀਰ ਨੇ ਫਿਰ ਵੀ ਜਨਾਬ ਉਹਨਾਂ ਦੀ ਰਿਸਪੈਕਟ, ਇਹਨਾਂ ਦੀ ਮਿਹਰਬਾਨੀ ਹੈ, ਬਹੁਤ ਦੂਰ ਤੋਂ ਆਏ ਨੇ
ਤੁਸੀਂ ਸਾਨੂੰ ਮੁਹੱਬਤ ਕਰਦੇ ਹੋ ਜਿੱਥੇ ਵੀ ਉੱਥੇ ਇੱਕ ਵੀਡੀਓ ਵੀ ਪਾਓ ਸਾਡੀ ਜਨਾਬ, ਅਸੀਂ ਉਹਦੇ ਨਾਲ ਡੀਲ ਕਰ ਦਾਂਗੇ। ਅਸੀਂ ਹਾਜ਼ਰ ਹਰ ਤਰੀਕੇ ਦੇ ਨਾਲ ਤੁਹਾਡੇ ਨਾਲ, ਤੁਸੀਂ ਨਾਂ ਵੀ ਲਓਗੇ ਤਾਂ ਅਸੀਂ ਸਮਝਾਂਗੇ ਤੁਸੀਂ ਸਾਨੂੰ ਮਿਲ ਲਿਆ। ਇਸ ਵਾਸਤੇ ਵਿਆਹ ਦੇ ਦਿਨ ਥੋੜ੍ਹਾ ਜਿਹਾ ਪਰਹੇਜ਼ ਕਰਨਾ, ਕਿਉਂਕਿ ਸਾਨੂੰ ਪਤਾ ਵਿਆਹ 'ਚ ਬੰਦਾ ਬਿਜ਼ੀ ਹੁੰਦਾ। ਇਸ ਵਾਸਤੇ ਮਾਮਲਾਤ ਨੇ ਤਾਂ ਇੰਨਾ ਸਫ਼ਰ ਕੋਈ 500 ਬੱਸ ਚੇਂਜ ਕਰਕੇ ਆਏ ਨੇ, ਆ ਵੇਖੋ ਨਾ ਹੁਣ ਨੁਹਾਲੇ ਤੁਹਾਲੇ ਇਹਨਾਂ ਨੂੰ ਰੋਟੀ ਪਾਣੀ ਖਾਣੇ ਅਤੇ ਫਿਰ ਭੇਜਦੇ ਆ। ਇਸ ਵਾਸਤੇ ਮਾਜ਼ਰਤ ਅਤੇ 25 ਤਰੀਕ ਤੋਂ ਬਾਅਦ ਜਿਹੜਾ ਨਾ ਜਿੰਨੇ ਮਰਜ਼ੀ ਲੌਂਡੇ ਲਪਾੜੇ ਜੋ ਵੀ ਹੈ ਵੇ ਆ ਜਾਓ, ਫੁੱਲ ਪਿਆਰ ਹੈ, ਫੁੱਲ ਮੁਹੱਬਤ, ਲਵ ਹੈ ਤੁਹਾਡਾ, ਹੱਸਦੇ ਵੱਸਦੇ ਰਹੋ। ਕੱਲ੍ਹ ਦਾ ਜਨਾਬ ਪ੍ਰੋਟੋਕੋਲ ਦੀਆਂ ਫੁੱਲ ਚੱਸਾਂ ਲਾਈਆਂ ਗਈਆਂ ਨੇ ਸਭ ਨੇ, ਜਿਸ ਜਿਸਨੇ ਪਿਆਰ ਮੁਹੱਬਤ ਦਿੱਤੀ ਹੈ ਸਭ ਦਾ ਦਿਲ ਦੀਆਂ ਤਹਿ ਕਰਾਈਆਂ, ਤੁਸੀਂ ਸ਼ੁਕਰੀਆ ਅਦਾ ਕਰਨੇ ਆ। ਪ੍ਰੋਟੋਕੋਲ 'ਚ ਚੱਸ ਆਈ ਹੈ, ਪਿਆਰ ਮੁਹੱਬਤ ਤੁਸੀਂ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਿੰਦੇ ਆਇਓ ਅਤੇ ਅਸਰੇ ਦਿੰਦੇ ਰਹੋ। ਇੱਕ ਉਸ ਤੋਂ ਬਾਅਦ ਸਪੈਸ਼ਲ ਰਿਕੁਐਸਟ ਯਾਰ ਕਿ ਸਾਡਾ ਟਿਕਟੋਕ 'ਤੇ ਅੱਛਾ ਮੈਸੇਜ ਸ਼ੁਰੂ ਤੋਂ ਹੋਇਆ ਅਤੇ ਇਨਸ਼ਾਅੱਲਾ ਤਾਲਾ ਰਹੇਗਾ ਵੀ। ਜਨਾਬ ਜਿਤਨੇ ਚਾਹਣ ਵਾਲੇ ਕੋਈ ਕੋਈ ਤੋਂ ਆ ਰਿਹਾ, ਅਮੈਰੀਕਾ ਤੋਂ ਅੱਗੇ ਪਿੱਛੇ ਜਿੱਥੋਂ ਜਿੱਥੋਂ ਵੀ ਆ ਰਹੇ ਨੇ, ਸਾਰੇ ਵੀਰ ਭਰਾਵਾਂ ਅੱਗੇ ਸਪੈਸ਼ਲ ਰਿਕੁਐਸਟ ਹੈ ਕਿ ਜਦੋਂ ਗੱਡੀਆਂ ਦਾ ਗਰੁੱਪ ਬਣਨਾ ਜਾਂ ਸ਼ਾਦੀ ਦੇ ਉੱਤੇ ਜਾਂ ਅੱਗੇ ਪਿੱਛੇ ਸਾਡੇ ਨਾਲ ਸ਼ਾਮਿਲ ਹੁੰਦੇ ਹੋ ਤਾਂ ਪਲੀਜ਼ ਨਾਰਮਲ ਤਰੀਕੇ ਦੇ ਨਾਲ, ਕੋਈ ਉਹਦੇ ਵਿੱਚ ਜਿਹੜਾ ਨਾ ਤੁਸੀਂ ਗੱਡੀ ਨੂੰ ਸਪੀਡਾਂ ਸਪੁੱਟਾਂ ਨਹੀਂ ਮਰਵਾਉਣੀਆਂ। ਇਸ ਤੋਂ ਬਾਅਦ ਅਗਰ ਕੋਈ ਗੱਡੀ ਐਕਸੀਡੈਂਟ ਹੁੰਦੀ ਹੈ ਤਾਂ ਉਹਦਾ ਖੁਦ ਜ਼ਿੰਮੇਦਾਰ ਹੋਏਗਾ ਉਹ ਬੰਦਾ। ਬਦਤਮੀਜ਼ੀ ਦਾ ਮੈਸੇਜ ਬਿਲਕੁਲ ਨਹੀਂ ਦੇਣਾ ਦੁਨੀਆ ਨੂੰ, ਕਿਉਂਕਿ ਸਾਡਾ ਇਹੀ ਰਿਕੁਐਸਟ ਹੈ ਕਿ ਅੱਛਾ ਮੈਸੇਜ ਆਏ, ਅੱਛੇ ਤਰੀਕੇ ਨਾਲ ਡਰਾਈਵਿੰਗ ਕਰੋ। ਇਹ ਨਹੀਂ ਕਿ ਜਨਾਬ ਸਪੀਡੋ ਸਪੀਡ, ਜਿਹੜਾ ਅੱਗੇ ਲੱਗ ਜਾਏਗਾ ਕੋਈ ਮਸਲਾ, ਸਾਰੇ ਇੱਕ ਨੇ, ਸਭ ਨੂੰ ਪਤਾ ਕਿ ਮਲਕਾਂ ਦੀ ਸ਼ਾਦੀ ਹੈ, ਸਾਰੇ ਵੀਰ ਭਰਾ ਹੋ, ਸਾਰੇ ਹਰ ਇੱਕ ਨੂੰ ਪਤਾ ਕਿ ਤੁਸੀਂ ਕੌਣ ਹੋ, ਫਲਾਣਾ ਕੌਣ ਹੈ, ਢਮਕਾਣਾ ਕੌਣ। ਇਸ ਲਈ ਦੱਸਣ ਦੀ ਕੋਈ ਲੋੜ ਨਹੀਂ ਕਿ ਮੇਰੀ ਗੱਡੀ ਅੱਗੇ ਲੱਗੇਗੀ ਤਾਂ ਫਿਰ ਬੜਾ ਕੁਝ ਹੋ ਜਾਏਗਾ, ਐਸਾ ਕੋਈ ਮਸਲਾ ਨਹੀਂ। ਤੇਲ 'ਤੇ, ਵਿਆਹ 'ਤੇ, ਹਰ ਤਰੀਕੇ ਦੇ ਨਾਲ ਤੁਸਾਂ ਅੱਛੇ ਤਰੀਕੇ ਦੇ ਨਾਲ ਸ਼ਾਦੀ 'ਤੇ ਆਉਣਾ, ਖੁਸ਼ੀਆਂ ਨੂੰ ਜਨਾਬ ਦੁਬਾਲਾ ਕਰਨਾ। ਇਹ ਨਹੀਂ ਕਰਨਾ ਕਿ ਟੈਨਸ਼ਨਾਂ ਦੇ ਵਿੱਚ ਟੈਨਸ਼ਨ ਬਣ ਜਾਏ। ਜ਼ਾਹਰੀ ਗੱਲ ਹੈ ਕਿਸੇ ਵੀਰ ਭਰਾ ਦੀ ਗੱਡੀ ਨੂੰ ਅਗਰ ਨੁਕਸਾਨ ਹੁੰਦਾ ਤਾਂ ਸਾਡੇ ਦਿਲ ਹੀ ਦੁੱਖ ਹੋਏਗਾ ਅਤੇ ਉਹ ਸਾਡਾ ਯਾਰ ਵੀ ਨਹੀਂ ਹੋਏਗਾ ਜਿਹੜਾ ਇਸ ਤਰ੍ਹਾਂ ਦੀ ਹਰਕਤ ਕਰੇਗਾ, ਜਾਂ ਸ਼ਾਦੀ ਵਿਆਹ ਦੇ ਉੱਤੇ ਕੋਈ ਗਲਤ ਹਰਕਤ। ਬਿਲਕੁਲ ਪਾਬੰਦੀ ਹੈ, ਮੁਹੱਬਤ ਪਿਆਰ ਦੇ ਨਾਲ ਖੁਸ਼ਹਾਲ ਮਾਹੌਲ ਰਹਿਣਾ ਚਾਹੀਦਾ, ਖੁਸ਼ਹਾਲ। ਤੇਲ 'ਤੇ ਵੀ ਹਰ ਚੀਜ਼ ਦੀ ਚੱਸ ਲੈਣੀ, ਬਸ ਪੂਰੇ ਪ੍ਰੋਟੋਕੋਲ ਦੇਣੇ ਨੇ, ਪੂਰੇ ਤੁਹਾਡੇ ਆਉਣ ਦਾ ਜਿਹੜਾ ਮਕਸਦ ਉਹ ਹੱਲ ਹੋ ਜਾਏ। ਇਹ ਨਾ ਹੋਏ ਕਿ ਤੁਸੀਂ ਆ ਕੇ ਅਤੇ ਬਦਤਮੀਜ਼ੀ ਦਾ ਮੈਸੇਜ ਦੇਵੋ, ਤਾਂ ਉਹ ਮੁਨਾਸਿਬ ਗੱਲ ਨਹੀਂ। ਬਾਕੀ ਲਵ ਯੂ ਹੋ ਗਿਆ, ਹੱਸਦੇ ਵੱਸਦੇ ਰਹੋ, ਚੱਸ ਲਵੋ, ਸ਼ਾਦੀ ਬਾਬਾ।